ਸ਼੍ਰੀ ਗ੍ਰੀਨ ਟ੍ਰਿਬਿਊਨਲ ਵੱਲੋਂ ਤਾਜ਼ਾ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਵਿੱਚੋਂ ਪਰਾਲੀ ਸਾੜਨ ਦਾ ਚਲਾਨ ਖਤਮ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਸਨ, ਜਿਸ ਸੰਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਰਾਏ ਵੱਲੋਂ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਸ ਫੈਸਲੇ ਦੇ ਆਧਾਰ ਤੇ ਜੋ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਹਨ ਉਹ ਤਾਂ ਨਿਭਾਈਆਂ ਨਹੀਂ, ਸਗੋਂ ਪੰਜਾਬ ਸਰਕਾਰ ਦੇ ਅਫਸਰ ਕਿਸਾਨਾਂ ਨੂੰ ਧਮਕਾ ਰਹੇ ਹਨ ਤੇ ਪਰਚੇ ਦਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਨਿਰਦੇਸ਼ ਦਿੱਤੇ ਸਨ ਮਸ਼ੀਨਾਂ ਤਕਨੀਕੀ ਸੰਦ ਮੁਹੱਈਆ ਕਰਵਾਏ ਜਾਣ ਜਾਂ ਫਿਰ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਡਿਸਟ੍ਰਿਕਟ ਜਿਹੜੇ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਮੰਗ ਪੱਤਰ DC ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਣਾ। ਮੰਗ ਹੈ ਉਹ ਇਹ ਹੈ ਜਿਹੜੇ ਸਾਡੇ ਕਿਸਾਨ ਹੈ ਜਿਹੜੇ ਪਰਾਲੀਆਂ ਨੂੰ ਅੱਗਾਂ ਲਾ ਰਹੇ ਨੇ ਉਹਨਾਂ 'ਤੇ ਸਰਕਾਰ ਸਖਤੀ ਕਰਦੀ ਹੈ, ਕੇਸ ਕਰਦੀ ਹੈ, ਕਿਉਂਕਿ ਉਹ ਕਹਿੰਦੇ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਉਹਦਾ ਆਰਡਰ ਹੈ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਕੀਤਾ ਜਾਵੇ। ਸੀ ਹੈ ਜਿਹੜਾ ਪਾਸ ਹੋਇਆ ਇਹ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਕਿਸਾਨ ਹੈ ਉੱਥੋਂ ਦੀਆਂ ਸਰਕਾਰਾਂ ਜਿਵੇਂ ਪੰਜਾਬ ਸਰਕਾਰ ਹੈ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਜਿਹੜੇ ਕਿਸਾਨ 2 ਏਕੜ ਤੱਕ ਹੈ ਉਹਨਾਂ ਨੂੰ ਸੀਡ ਜਿਹੜਾ ਹੈਗੀ ਹੈ ਮਸ਼ੀਨ ਲੈ ਕੇ ਦੇਵੇ। ਅਸੀਂ ਜਿਹੜਾ ਹੈ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਔਰ ਅਸੀਂ ਜਿਹੜਾ ਹੈਗਾ ਕਮਿਸ਼ਨ ਦਾ ਪੂਰਨ ਤੌਰ 'ਤੇ ਸਤਿਕਾਰ ਕਰਦੇ ਹਾਂ। ਜੋ ਗ੍ਰੀਨ ਟ੍ਰਿਬਿਊਨਲ ਨੇ ਫੈਸਲਾ ਕੀਤਾ ਉਹ ਫੈਸਲੇ ਨੂੰ ਜਿਹੜਾ ਐਪਲੀਕੇਬਲ ਕੀਤਾ ਜਾਵੇ ਔਰ ਉਹਨੂੰ ਐਪਲੀਕੇਬਲ ਕਰਨ ਦੇ ਨਾਲ ਨਾਲ ਜਿਹੜਾ ਕਿਸਾਨਾਂ ਨੂੰ ਰਾਹਤ ਵੀ ਮਿਲੇਗੀ। ਜਿਹੜੇ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਦੇ ਰਾਹ ਵੱਲ ਤੁਰ ਰਹੇ ਨੇ ਉਹ ਇਹੀ ਸਰਕਾਰਾਂ ਹੀ ਮਜਬੂਰ ਕਰਦੀਆਂ ਹੁੰਦੀਆਂ ਨੇ। ਇਸ ਲਈ ਹੁਣ ਜਿਹੜਾ ਜਿਸ 'ਤੇ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਸਰਕਾਰ ਨੇ ਲੋਕਾਂ ਉੱਤੇ ਕੇਸ ਕੀਤੇ ਕੇਸ ਵਾਪਸ ਲੈ ਲਏ, ਇੱਕ ਸਰਕਾਰ ਦੀ ਚਾਲ ਹੈ ਕਿ ਸਰਕਾਰ ਪਹਿਲਾਂ ਕੇਸ ਬਣਾ ਦਿੰਦੀ ਹੈ ਫਿਰ ਉਹਨਾਂ ਤੋਂ ਵਾਪਸ ਲੈ ਲੈਂਦੀ ਹੈ। ਇਹੋ ਜਿਹੇ ਵਤੀਰੇ ਕਰਨ ਦੀ ਬਜਾਏ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਜੇ ਟ੍ਰਿਬਿਊਨਲ ਬਿਠਾਇਆ ਟ੍ਰਿਬਿਊਨਲ ਦਾ ਫੈਸਲਾ ਐਪਲੀਕੇਬਲ ਕਰੇ।